ਨੇ ਫਾਇਤ ਲੈ ਸਾਡੇ ਕਰਾ ਕੀ ਕਰਿਆ ਤੂੰ ਖਰਚਾ ਤੇ ਮੇਰੇ ਖਰਚਾ ਹਾਂ ਕਿਹਦੇ ਮਗਰ ਲੱਗਦਾ ਉਹ ਕਿਉਂ ਮਾੜੀ ਕਹਿੰਦਾ ਤੈਨੂੰ ਕਿਹੜਾ ਮੇਰੇ ਮੂੰਹ ਤੇ ਕਹਾ ਸੱਤ ਕਿਹੜਾ ਕਹਿੰਦਾਗਾ ਟੂਟੇ ਬੰਦ ਕਰ ਦੇ ਕਿਧਰੇ ਤੂੰ ਦੁੱਧ ਵਰਗੀ ਹੋਣ ਲੱਗੀ ਲੱਗੀ ਬੰਦ ਕਰ ਦੇਣ ਵਾਲੇ ਹੋਰ ਹਾਂ ਤਾਈ ਤਾਈ ਨਹੀਂ ਤਾਇਆ ਤੂੰ ਤੁਸੀਂ ਹਾਂ ਹੌਲੀ ਤਾਂ ਠਾਲਿਆ ਕਰੋ ਮੇਰ ਤਾਂ ਪਹਿਲੀ ਜਾਨ ਗੱਡੀ ਮਤਲਬ ਕੀ ਪਹਿਲੀ ਸਿਰ ਦੁਖੀ ਜਾਂਦਾ ਮੇਰਾ ਤਾਂ ਵਾਲਾ ਉਹ ਕਾਲੋ ਜੀ ਨਾਲ ਕੀ ਪੰਗੇ ਲੈ ਕੇ ਆਈਆਂ ਅੱਜ ਤੂੰ ਤੇਰੀ ਥਾਂ ਤੇ ਤੂੰ ਹੁੰਦੀ ਨਾ ਮੇਰੇ ਗਿੱਟਾਂ ਜਾ ਕੇ ਵੱਜਣੀ ਸੀ ਪੈ ਪਾ ਮੈਂ ਤਾਂ ਭੱਜ ਵੀ ਲਈ ਤਾਂ ਥੋ ਭੱਜਾ ਵੀ ਨਹੀਂ ਸੀ ਜਾਣਾ ਜੇ ਤੇਰੀ ਥਾਂ ਤੇ ਮੈਂ ਹੁੰਦੀ ਤਾਂ ਤਾਈ ਦੇ ਦੋ ਲਾਕੀਆਂ ਹੋਣੀਆਂ ਸੀ ਭੱਜ ਗਈ ਨਹੀਂ ਸੀ ਹੁਣਾ ਜਿਆ ਵੱਡੇ ਦੇ ਸਾਰਾ ਦਿਨ ਕੰਮ ਹੀ ਨਹੀਂ ਮੁੱਕਦੇ ਇੱਕ ਕਰਦੇ ਆ ਦੂਜਾ ਤਿਆਰ ਹੁੰਦਾ ਹਾਈ ਹਾਈ ਐਂ ਕਰੀਂ ਕੁੜੇ ਕੱਪੜਿਆਂ ਦੀ ਤਹਿ ਲਾ ਕੇ ਨਾ ਹਾਂ ਮੜਾ ਜੇ ਕੂੜਾ ਇਕੱਠਾ ਕਰਦੀ। ਨਹੀਂ ਤੂੰ ਕਰ ਲੈ। ਮੈਂ ਤੈ ਤਾਂ ਮਰੀ ਇੰਨੀ ਦਿਖਦਾ ਨਹੀਂ ਕਿੱਥੇ ਕਰ ਲੈੜੀਏ ਮੈਂ ਤਾਂ ਹੁਣ ਨਾ ਕਹੀਆਂ ਨਾ ਮੈਂ ਸੂਟ ਪਾ ਕੇ ਖਰਾਬ ਹੋ ਜਾਊਗਾ ਸਾਰਾ। ਬਈ ਮੈਂ ਵੀ ਤਾਂ ਨਹੀਂ ਬੈਠੀ ਐਂ ਕਾਤੋਂ ਕਰਦੀ ਹੁੰਨੀ ਐ। ਚਲ ਫੇਰ ਆਥ ਨੇ ਉਥ ਨੇ ਦੇਖਾਂਗੇ। ਮੇਰੇ ਤਾਂ ਪਹਿਲੀ ਮੂਡ ਖਰਾਬ ਐ। ਲੈ ਤੇਰਾ ਮੂਡ ਕਦ ਨਾ ਖਰਾਬ ਹੋ ਗਿਆ ਅੱਜ। ਅੱਜ ਨਹੀਂ ਕੱਲ ਦੇ ਖਰਾਬ ਐ ਜਿਉਂਦੀ ਉਹ ਕਾਲੂ ਕੱਟੀ ਆਈ ਸੀ। ਲੈ ਮੂਡ ਖਰਾਬ ਕਿਉਂ ਹੋਣਾ ਸੀਗਾ? ਖੁਸ਼ ਹੋਣਾ ਚਾਹੀਦਾ ਕੁੱਟਕੇ ਦੇ ਭਜਾਈਆ ਉਹ ਆਪਾਂ ਨੇ ਨਹੀਂ ਆਪਾਂ ਤਾਂ ਉਹ ਕੁੱਟਕੇ ਭਜਾਤੀ ਉਹਦਾ ਵਿਚਾਰੀ ਤਾਂ ਪਤਾ ਨਹੀਂ ਕੀ ਹਾਲ ਹੋਇਆ ਹੋਊਗਾ ਕਰੇ ਨਹੀਂ ਹੁਣ ਹੋਵੇ ਹਾਲ ਭਾਵੇਂ ਨਾ ਹੋਵੇ ਆਪਾਂ ਬਦਲਾ ਲੈਣਾ ਸੀ ਲੈ ਲਿਆ ਨਾਲੇ ਮੈਨੂੰ ਨਹੀਂ ਲੱਗਦਾ ਹੁਣ ਜਿਹੜੇ ਸਾਬ ਨਾਲ ਮੁੱਕੀਆਂ ਖਾ ਕੇ ਗਈਏ ਨਾ ਆਪਣੇ ਤਾਂ ਕਿਸਨ ਨਾ ਹੋ ਵੀ ਦੁਬਾਰੇ ਐਂਟਰ ਕਰੂਗੀ ਆਪਣੇ ਘਰ ਚ ਨਿਕ ਤਾਂ ਸੱਚੀ ਬਾਲਾ ਨਜ਼ਾਰਾ ਆਇਆ ਕੁੱਟਣ ਦਾ ਹਨਾ ਤੈਨੂੰ ਕਿਹਾ ਤਾਂ ਸੀਗਾ ਨਾ ਰੋਕ ਨਾ ਰੋਕ ਮੈਂ ਤਾਂ ਅੰਦਰੋਂ ਡੰਗ ਚੱਕ ਕੇ ਲੈ ਕੇ ਆਉਂਦੀ ਸੀ ਕਾਣੂ ਮਰੀ ਤਾਂ ਪਹਿਲੀ ਪਈ ਆ ਉਹ ਉਹੀ ਮਰੇ ਸੱਪ ਜ਼ਰੂਰੀ ਗੱਲ ਨਹੀਂ ਉਹ ਮਰੀ ਹੋਈ ਐ ਜੇ ਉਹ ਮਰੀ ਹੋਈ ਐ ਫਿਰ ਆਪਾਂ ਕੀ ਆ ਐਡੀ ਤਾਂ ਪਈਆ ਉਹ ਪਤਾ ਨਹੀਂ ਇਹ ਜਾਂ ਕੀ ਖਾਂਦੀ ਹੈਗੀ ਅਸੀਂ ਤਾਂ ਕੋਈ ਪਤਾ ਨਹੀਂ ਹੈਗਾ ਜਾਣ ਕੇ ਲੀੜੇ ਲੂੜੇ ਪਾੜ ਕੇ ਬਹਿ ਜੇ ਵੀ ਮੈਨੂੰ ਕੁੱਟਿਆ ਭਈ ਇਹਨਾਂ ਨੇ ਹੂੰ ਹੁੰਦੀ ਤਾਂ ਅਹੀ ਜੀਆਂ ਨੇ ਇਹ ਅੱਜ ਤਾਂ ਆਪਣੇ ਮਿਸਤਰੀ ਨੇ ਵਧੀਆ ਕੰਮ ਨਵੇੜਤਾ ਨੇ ਅੱਜ ਕੀ ਉਹਦੇ ਨਾਲ ਲੱਗ ਰਿਹਾ ਵਿਚਾਰਾ ਨਵੇੜਨਾ ਤੂੰ ਹੀ ਲੱਗ ਰਹੀ ਦੀ ਆ ਕਿ ਤਾਂ ਐਂ ਕਰਦੇ ਨੇ ਤਾਂ ਮਿਸਤਰੀ ਨਿਕਲਣ ਚ ਨਹੀਂ ਆਉਂਦੇ ਉਹ ਦੇਖ ਲੈ ਮਿੰਟਾਂ ਚ ਪਾਤਾ ਨਹੀਂ ਮਿਸਤਰੀ ਤਾਂ ਆਪਣਾ ਵਧੀਆ ਵਿਚਾਰਾ ਚਾਹ ਵੀ ਪੁੱਛ ਕੇ ਆਉਣੀ ਦੀ ਸੱਚ ਹੋਰ ਦੇਦੇ ਚਾਚੂ ਬਣਾ ਕੇ ਆ ਕੱਪੜੇ ਜੇ ਪਹਿਲਾਂ ਤਾਂ ਮੰਦਰ ਰੱਖਿਆ ਹੀ ਐਨੇ ਹੋਰੇ ਸੀਗੇ ਕੱਲ ਤੋਤੇ ਨੇ ਜਿਹੜੇ ਤੈ ਮਾਰਨ ਵਾਲੇ ਖਲਾਲਾ ਪੈ ਰਿਆ ਸੀ ਬਾਹਰ ਅੰਦਰ ਲੈ ਮੰਮੀ ਖੜੀ ਹੋ ਚਾਹ ਪੀ ਲਾ ਬਸ ਕਰ ਜਾ ਰਜੀਤਾਈ ਤੇਰੀ ਚਾਹ ਤੋਂ ਮੇਰੇ ਮੌਰ ਕੋ ਟਾ ਕੇ ਖੁਸ਼ ਹੈ ਹੁਣ ਤੂੰ ਚੰਗੀ ਰਹਿ ਗਈ ਮੰਮੀ ਤਾਂ ਲੱਛਣ ਹੀ ਇਹ ਜੇ ਕਰਦੀਆਂ ਕੁੱਟ ਖਾਣ ਵਾਲੇ ਆਹੋ ਤੈਨ ਤਾਂ ਮੇਰੇ ਲੱਛਣ ਆਪੇ ਲੱਗਣੇ ਨੇ ਤੂੰ ਤਾਂ ਉਹਨਾਂ ਦੀ ਮਿਹਤ ਕਰਾਵੇਂਗੀ ਨਾ ਮੇਰੀ ਗੱਲ ਸੁਣ ਲੈ ਤੂੰ ਖੜੀ ਕੋਲੇ ਦੇਖੀ ਗਈ ਐ ਤੇਥੋਂ ਕੁਛ ਵੀ ਨਹੀਂ ਸਰਿਆ ਜਦੋਂ ਮੈਨੂੰ ਕੋਟਰੀਆਂ ਤੀ ਤੱਕ ਜਾਣ ਤਾਂ ਕੁੱਤ ਨਹੀਂ ਫੜ ਕੇ ਮਾਰਦੀ ਪੰਜ ਚਾਰ ਸਸਤਾ ਸਾਸੇ ਹੁੰਦੀ ਐ ਉਹ ਫੇਰ ਵੀ ਆਪਣੀਆਂ ਬਗਾਨੀਆਂ ਨੇ ਗਈਆਂ ਸਸਤਾ ਸਾਸ ਹੁੰਦੀ ਐ ਮੈਂ ਤਾਂ ਫੇਰ ਵੀ ਉਹਨਾਂ ਨੂੰ ਕਿਹਾ ਵੀ ਨਾ ਕਰ ਨਾ ਮਰ ਉਤਰ ਕਰ ਤੂੰ ਤਈ ਇਹ ਤਿੰਨ ਵਾਰ ਤਾਂ ਉਹਨਾਂ ਦੇ ਘਰੇ ਜਾ ਬੜੀ ਕਲਦੀ ਫੇਰ ਭਾਈ ਮੈਂ ਤਾਂ ਤੈਨੂੰ ਜਾਣ ਨਹੀਂ ਦਿੰਦੀ ਬਾਹਲਾ ਉਹਨਾਂ ਦੇ ਸਿੱਧੀ ਗੱਲ ਐ ਜਦ ਮੇਰਾ ਭਾਈ ਮਰਨ ਜੰਮਣ ਪਹਿਲਾਂ ਤਾਂ ਮੁੱਕਿਆ ਹੋਣਾ ਨਾਲ ਮੈਂ ਤਾਂ ਤੈਨੂੰ ਤਾਂ ਰੋਕਦੀ ਆਂ ਵੀ ਭਾਈ ਤੇਰਾ ਕੋਈ ਲੋੜ ਨਹੀਂ ਤੈਨੂੰ ਜਾਣ ਦੀ ਤੇਰੀਆਂ ਤਾਂ ਹੋ ਰਹੀਆਂ ਨੇ ਸੇ ਬਿਆਨ ਚ ਲੱਤਾ ਹੁਣ ਮੈਂ ਦੱਸ ਕਿਦ ਨਾਲ ਵਰਤੂੰਗੀ ਕੱਲ ਨੂੰ ਵਰਤੂੰਗੀ ਜਦ ਉਹ ਵਰਤ ਕੇ ਰਾਜ਼ੀ ਨਹੀਂ ਆਪਣੇ ਨਾਲ ਉਹਦੀ ਸੱਸ ਬਹੁਤ ਭੈੜੀ ਧੀ ਬੈਤਲਦੀ ਪੱਕੀ ਹੋ ਤੂੰ ਘਟਾਂ ਰਾਤ ਮੁੰਡੇ ਨਾਲ ਤੂੰ ਘਟ ਮੇਰੀ ਕੁਤ ਪਟਾਈ ਆ ਬਥੇਰਾ ਕੁਟਿਆ ਮੈਨੂੰ ਫਿਰ ਹੁਣ ਮੇਰੀ ਘੜਾ ਨਾਲ ਢੋਈ ਸ਼ਾਂਕਤੀ ਮਾਰ ਮਾਰ ਚਾਪ ਲੀਆਂ ਐਂ ਦੱਸ ਕੋਈ ਗੱਲ ਨਹੀਂ ਬਦਲਾ ਤਾਂ ਮੈਂ ਲਊਂਗੀ ਆ ਜਾਣ ਦੇ ਮੇਰੀ ਕੁੜੀ ਨੂੰ ਮੈਂ ਫੋਨ ਕਰ ਰੱਖਿਆ ਉਹਨਾਂ ਨੂੰ ਮੈਂ ਤਾਂ ਉਹਦੀ ਫੋਨ ਕਰਤਾ ਸੀ ਮੈਂ ਖ ਪਤਾ ਲੱਗਦਾ ਨਾਲੇ ਹੋਰ ਬਾੜੇ ਨਾਲ ਤਾਂ ਗਾ ਸੱਚ ਗਲੀਆਂ ਕਰਿਆ ਕਰ ਤੂੰ ਨਾਲੇ ਤੇਰੇ ਨਾਲ ਸੱਚ ਗਲੀਆਂ ਕਰਾਂ ਹੈ ਤੂੰ ਮੈਨੂੰ ਲੋਕਾਂ ਤੋਂ ਕਟਵਾ ਦਿਆ ਕਰ ਅੱਜ ਤਾਂ ਇਹਨਾਂ ਨੇ ਕੁੱਟਤੀ ਬੈਤਲਾ ਨੇ ਕੱਲ ਨੂੰ ਮੈਨੂੰ ਕੋਈ ਹੋਰ ਫੜ ਕੇ ਢਾਲੂਗੀ ਤਾਂ ਤੂੰ ਖੜੀ ਦੇਖੀ ਜਾਇਆ ਕਰ ਆਹੋ ਦੇਖੀ ਜਾਇਆ ਕਰ ਤੇ ਤਹਲੇ ਪਈਆਂ ਨਹੀਂ ਪੈਣਗੀਆਂ ਸਮਾਰ ਕੇ ਪੱਟੀ ਜਉ ਤਰੀ ਗੁੱਤਨੀ ਆਪ ਦੱਸੋ ਕਹਿੰਦੇ ਆਪਦਾ ਹੀ ਹੁੰਦਾਗਾ ਬਗਾਨਾ ਬਗਾਨਾ ਰਿਆਂਦਾ ਹੁੰਦਾ ਨਹੀਂ ਤੂੰ ਤਾਂ ਆਪਦੇ ਨਾਲੋਂ ਬਗਾਨਿਆਂ ਨਾਲੋਂ ਵੀ ਟੱਪੀ ਪਈਆਂ ਉਹ ਘੱਟੋ ਘਾਟਾ ਕੇ ਮੇਰੇ ਦੁੱਖ ਸੁੱਖ ਚ ਤਾਂ ਖੜਦੀਆਂ ਨੇ ਤੂੰ ਤਾਂ ਉਂਗਲਾਂ ਲਾਉਣੀ ਆ ਨਾ ਮੈਂ ਤੇਰੇ ਨਾਲ ਦੁੱਖ ਸੁੱਖ ਕੱਟਦੀ ਨਹੀਂ ਕੋਈ ਕੀ ਕੱਟਦੀ ਹੈ ਤੈਨੂੰ ਵਿਆਹ ਕੇ ਲਿਆਂਦਾ ਹੈ ਘਰ-ਦਾਰ ਤੇਰਾ ਸਮਾਤਾ ਮੈਂ ਸਾਰਾ ਤੈਨੂੰ ਹੋਰ ਦਾ ਸਮਾਂ ਕੀ ਕਰਾਂ ਕੋਈ ਮਾੜਾ ਮੂਠਾ ਤੇ ਤੇਰੇ ਮੂਰੇ ਕੰਮ ਤਾਂ ਨਾ ਕੋਈ ਜਾਪਾ ਵਗੈਰਾ ਆਊਗਾ ਉਹ ਤੇਰੇ ਕੌਣ ਕਰਾਊਗਾ ਉਹ ਨਹੀਂ ਕਰਦੀਆਂ ਤੇਰੇ ਨਹੀਂ ਬਸ ਮੇਰੇ ਤਾਂ ਉਹੀ ਕੰਮ ਆ ਜਾਣੀਆਂ ਤੇਰਾ ਕੀ ਪਤਾ ਕੀ ਕਰਦੇ ਦੇਖ ਲਊਂ ਦੇਖ ਲਊਂ ਤੂੰ ਉਹਨਾਂ ਦੀ ਹਵਾ ਵਿੱਚ ਨਾ ਮੈਂ ਤੈਨੂੰ ਫੇਰ ਵੀ ਵਾਰੀ-ਵਾਰੀ ਸਮਝਾਉਣੀ ਆ ਉਹਨਾਂ ਪਿੱਛੇ ਲੱਗ ਕੇ ਮੈਂ ਤੇਰੇ ਨਾਲ ਕਲੇਸ਼ ਨਹੀਂ ਕਰਦੀ ਪਰ ਮੈਂ ਤੈਨੂੰ ਚੰਗੀ ਮੱਤ ਦਿਨੀਆਂ ਫੇਰ ਵੀ ਮੈਂ ਤੇਰੀ ਸੱਸ-ਸੱਸ ਕੰਮ ਆਉਂਗੀ ਆਏਗੀ ਤੂੰ ਵੱਡੇ ਨੋਟ ਡਨ ਕਰਤਾ ਮੇਰੇ ਹਾਂ ਲੈ ਦੇਖ ਲੈ ਪਤਾ ਨਹੀਂ ਕਿ ਸਰਚ ਪਤਾ ਉਹਨਾਂ ਨੇ ਕੰਜਰੀਆਂ ਨੇ ਉਹਨਾਂ ਨੇ ਮੇਰ ਲੈਣੀ ਤੂੰ ਉਹਨਾਂ ਦੀ ਕੋਈ ਤਾਂ ਕਿਸੇ ਕੋਈ ਤਾਂ ਗੱਲ ਕਹਿ ਦੇ ਮੇਰੇ ਪੱਖ ਦੀ ਨਹੀਂ ਮੇਰਾ ਵੀ ਕਾਲਜਾ ਠਰ ਜੇ ਨਹੀਂ ਮੈਂ ਤੇਰੇ ਨਾਲ ਉਮੰਤੇ ਤੇ ਬੈਠੀ ਆ ਕਿਉਂ ਸਰਚ ਮਾਂ ਮਾਂ ਜਿਹੇ ਪੱਟਣ ਵਾਲਾ ਸਰ ਕਰ ਰੱਖਿਆ ਮੇਰਾ ਜਾ ਬਗ ਜਾ ਕਰ ਲੈ ਕੰਮ ਮੈਨੂੰ ਬੁਰੀ ਲੱਗਦੀ ਨਹੀਂ ਚੱਲ ਵੱਡੀ ਲੱਗ ਜਾਂਦੀ ਆ ਬੁੜਬੁੜ ਕਰਨ ਉਹਨਾਂ ਦੀ ਮੇਰ ਨੇ ਮਾਰ ਲਈ ਕੋਈ ਨਾ ਆਉਣ ਦੇ ਕੁੜੀ ਨੂੰ ਮੰਮੀ ਕੀ ਕਰਦੀ ਸੀ ਮੈਂ ਤਾਂ ਹੱਥ ਜਿ ਤਾਉਂਦੀ ਸੀ ਭਾਈ ਤੈਨੂੰ ਕੀ ਦਿਸੀ ਜਾਨਣੀ ਆ ਮੈਂ ਕਰਦੀ ਮੈਂ ਤਾਂ ਤੈਨੂੰ ਇੱਕ ਕੰਮ ਕਹਿਣ ਆਈ ਆ ਜੇ ਮੇਰਾ ਮਦਦ ਕਰਾ ਦੇਗੀ ਮੜੀ ਜੀ ਮਦਦ ਇਹ ਹਜੇ ਕਿਹੜਾ ਕੰਮ ਆਗਾ ਕੰਮ ਤਾਂ ਕੁਛ ਨਹੀਂ ਮਸ਼ੀਨ 'ਚ ਕੱਪੜੇ ਪਾਏ ਪੈਨੇ ਬਾਕੀ ਤਾਂ ਸਾਰਾ ਕਰਤਾ ਤੂੰ ਉਹ ਕੱਢ ਕੇ ਸੁੱਕਣੇ ਪਾ ਦੇ ਭਾਈ ਦੇਖ ਮੈਥੋਂ ਤਾਂ ਕੱਖ ਨਹੀਂ ਹੁੰਦਾ ਮੈਂ ਤਾਂ ਨਾ ਉਹਨਾਂ ਦੀ ਭਾਨੋਂ ਨਾਲ ਭੋਗ ਤੇ ਵੀ ਜਾਣਾਗਾ ਮੈਨੂੰ ਲੱਗ ਜੂ ਟਾਈਮ ਤੇ ਤੂੰ ਉਹਨਾਂ ਨੂੰ ਸੱਦ ਲੈ ਉਹ ਤਾਂ ਤੂੰ ਸਿਰਚ ਗਲੀਆਂ ਕਰਨ ਨੂੰ ਤਾਂ ਬੋਲਣ ਨੂੰ ਤਾਂ ਆਏ ਰਹਿਣੀ ਆ ਡੱਕਾ ਨਹੀਂ ਤੋੜ ਸਕਦੀ ਘਰੇ ਕੰਮ ਦਾ ਲੈ ਹੋਰ ਕੰਮ ਕੌਣ ਕਰਾਉਂਦਾ ਤੇਰੇ ਨਾਲ ਅੱਗੇ ਵੀ ਤਾਂ ਮੈਂ ਕਰਾਉਣੀ ਹੂ ਜਾਂ ਪਰ ਭਾਈ ਮੇਰੀ ਗੱਲ ਸੁਣ ਲੈ ਜਿੱਦ ਦੇ ਨੀ ਮਾ ਉਹਨੇ ਕੁੱਟੀਆਂ ਨਾ ਪਰ ਉਹਦੇ ਹੁੰਦਾ ਤਾਂ ਮੇਰਾ ਕਾਲਜਾ ਮੱਚਿਆ ਪਿਆ ਕਿੱਡੇ ਝੂਠ ਤਫਾਂਗ ਬੋਲਦੀ ਐ ਜਨਾਨੀ ਕਿੱਡੇ ਤੇ ਕੰਮ ਕਰ ਲਿਆ ਕਿੱਡੇ ਤੇ ਕੱਪੜੇ ਤੋ ਤੇ ਕਿੱਡੇ ਤੇ ਭਾਂਡੇ ਮਾਂਸ ਤੇ ਲੈ ਦੇਖ ਲੈ ਨਾ ਹੁਣ ਤੱਕਰ ਕੰਮ ਕੌਣ ਕਰਦਾ ਰਿਹਾਗਾ ਤੇਰਾ ਐਂ ਦੱਸ ਹੁਣ ਸੱਚੀ ਬੰਦੀ ਆਂ ਦਾਦੀ ਕਰਦੀ ਸੀ ਸਾਡੀ ਹਾਂ ਦਾਦੀ ਕਰਦੀ ਸੀ ਤੂੰ ਰਹਨੀ ਐ ਮੇਮ ਡਾਕ ਚੌਂਕੀਆਂ ਤੇ ਡਾਕ ਜਾਣਾ ਤਾਂ ਪੈਂਦਾ ਹੀ ਆ ਭਾਈ ਹੁਣ ਮੈਨੂੰ ਆਪੋ ਉਥੇ ਕਹਿ ਗਈ ਮੈਂ ਨਾ ਵੀ ਜਾਵਾ ਉਹਨਾਂ ਪਤੰਦਿਆਂ ਸਾਦਲਾ ਜਿਹਨਾਂ ਤੋਂ ਮੇਰੀ ਗੁੱਤਨੀ ਖਚਵਾਈ ਹੈਗੀ ਉਹ ਨਹੀਂ ਕਰਾਂਗੀ ਤੇਰਾ ਨੱਕ 2 ਘੰਟੇ ਤੂੰ ਉਹਨਾਂ ਦੇ ਬੈਠਣ ਨਹੀਂ ਦਿੰਦੀ ਮਗਰੀ ਠੂ ਵਜਦੀ ਆ ਉਹਨਾਂ ਦੇ ਜਾ ਕੇ ਠੂ ਵਜਦੀਆਂ ਮੇਰੇ ਤੋਂ ਉਹਨਾਂ ਨਾਲ ਬਣਦੀ ਨਹੀਂ ਮੇਰੇ ਤੋਂ ਉਹਨਾਂ ਨਾਲ ਅੱਖ ਮੈਲੀ ਆ ਬਣਦੀ ਕਿਹਦੇ ਨਾਲ ਤਰੀਜ਼ ਚ ਬਣਦੀ ਕਿਹਦੇ ਨਾਲ ਆਹ ਹੋ ਆਹ ਹੋ ਮੇਰੇ ਤੋਂ ਕਿਸੇ ਨਾਲ ਹੀ ਨਹੀਂ ਬਣਦੀ ਤੂੰ ਤਾਂ ਉਹਨਾਂ ਦੇ ਮਗਰ ਲੱਗ ਕੇ ਨਾ ਮੈਨੂੰ ਹੀ ਮਾੜੀ ਕਹੇਂਗੀ ਮਗਰ ਲੱਗ ਕੇ ਮਾੜੀ ਮੈਥੋਂ ਨਾਲੇ ਕੱਪੜੇ ਕੋ ਪਰਤਵਾਇ ਜਾਂਦੇ ਮੈਂ ਤਾਂ ਉਹਨਾਂ ਨੂੰ ਮਗਰ ਲੱਗਦੀ ਆ ਸਾਰਾ ਪਿੰਡ ਕਿਹਦੇ ਮਗਰ ਲੱਗਦਾ ਉਹ ਕਿਉਂ ਮਾੜੀ ਕਹਿੰਦਾ ਤੈਨੂੰ ਕਿਹੜਾ ਮੇਰੇ ਟੂਟੇ ਬੰਦ ਕਰ ਦੇ ਕਿਧਰੇ ਤੂੰ ਦੁੱਧ ਵਰਗੀ ਹੋਣ ਲੱਗੀ ਲੱਗਦੀ ਬੰਦ ਕਰ ਦੇ ਨਾਲੇ ਹੋਰ ਦੁਪਹਿਰ ਮੇਰੇ ਹੱਥਾਂ ਦੀ ਮੱਚਦੀ ਰਹੀ ਨਹੀਂ ਸਾਰਾ ਦਿਨ ਮਚਣ ਨੂੰ ਕੋਈ ਕੰਮ ਦਿੰਦਾ ਕਰ ਲੈ ਕਰ ਕੰਮ ਦਿੰਦਾ ਮੈਂ ਤਾਂ ਤਾਂ ਭਾਈ ਡਾਲ ਨਹੀਂ ਹੁੰਦਾ ਹੁਣ ਸਿੱਧੀ ਗੱਲ ਆ ਆਪ ਦਾ ਕੰਮ ਸੰਭਾਲ ਸਾਰਿਆਂ ਪਰ ਮੈਨੂੰ ਕੰਮ ਕਰਦੀ ਨਹੀਂ ਹੋਗੀ ਕਿਹੜੀ ਗੱਲ ਦੀ ਆ ਕਰ ਲੈ ਕੀ ਤੇ ਇੱਥੇ ਜੋੜ ਕੇ ਤਰ ਤੱਕ ਕੀ ਤੇ ਘਰ-ਬਾਰ ਬਣਾ ਲੈ ਸਾਰਾ ਜਾੜੇ ਹੀ ਐ ਨਾ ਆ ਕਿਹਦੀ ਬਣਾਇਆਗਾ ਅਤੇ ਨਾ ਪਿਓ ਬਣਾ ਗਿਆ ਤੀ ਸਾਡਾ ਬਣਾਇਆ ਹੋਇਆ ਦਾਦਾ ਨਹੀਂ ਦਾਦਾ ਦਾ ਤੇਰਾ ਕਿ ਦਿਨਾਂ ਮਰਿਆਗਾ ਮਰਿਆ ਨਾਲੇ ਹੋਰ ਮੇਰੇ ਵਿਆਹ ਤੋਂ ਪਹਿਲਾਂ 2 ਸਾਲ ਪਹਿਲਾਂ ਮੁੱਕ ਗਿਆ ਸੀ ਦਾਦਾ ਮਾਂ ਦੀਆਂ ਗੱਲਾਂ ਤੂੰ ਤਾਂ ਉਹਨਾਂ ਨੂੰ ਜਿਉਂਦਿਆਂ ਨੂੰ ਵੀ ਮਾਰ ਕੇ ਰਾਜ਼ੀ ਆ ਹੈ ਇਹਦੀ ਪਾਪਣ ਕਿਸੇ ਰਾਜ਼ੀ ਨਾਲੇ ਹੋਰ ਕਿਵੇਂ ਉਹਨਾਂ ਦੀ ਫੁਕਰੀ ਹਵਾ ਦੇ ਵਿੱਚ ਆਈ ਆ ਕੋਈ ਨਾ ਆ ਜਾਣ ਦੇ ਮੇਰੀ ਕੁੜੀ ਨੂੰ ਬਿਜਲੀ ਦਾ ਇਹਦੀ ਕੁੱਤੇ ਨਹੀਂ ਖਚਾਉ ਨਾਲੇ ਉਹਨਾਂ ਨੂੰ ਕੁੱਟੂ ਚੰਗੀ ਤਰ੍ਹਾਂ ਮੈਂ ਆਪਦੀ ਬਿੜੇ ਲਾਹੂੰਗੀ ਲੈ ਸਚਨ ਤਾਂ ਗੀਟ ਸੰਭਰੀ ਜਾਂਦੀ ਹੈ ਨਿੱਕੇ ਮੈਂ ਆ ਜਾ ਨਹੀਂ ਭੈਣੇ ਠੀਕ ਆ ਤੂੰ ਸੁਣਾ ਕਿੱਥੇ ਆ ਜਾ ਭੈਣੇ ਤੇਰੀ ਸੱਸ ਤੋਂ ਡਰ ਲੱਗਦਾ ਨਹੀਂ ਕਾ ਨੂੰ ਉਹ ਤਾਂ ਭੋਗ ਤੇ ਨਿਕਲੀ ਆ ਜਾ ਆ ਜਾ 2 ਮਿੰਟ ਵਾ ਕੀ ਹੋਰ ਆ ਜਾ ਭਾਨੇ ਕੀ ਹੋਰ ਨਹੀਂ ਆਜਦੀ ਅੰਦਰ ਨਹੀਂ ਹੁੰਦੀ ਉਰੀ ਆ ਜਾ ਆ ਨਹੀਂ ਹੈ ਨਹੀਂ ਉਹ ਨਹੀਂ ਕਿਤੇ ਆ ਨਾ ਆ ਜਾ ਆ ਜਾ ਆਦਾ ਕੁਝ ਨਹੀਂ ਹੁੰਦਾ ਚਾਹ ਪੀ ਲੈ ਆ ਜਾ ਉੱਧਾ ਮੈਨੂੰ ਮੂਹੀ ਕੜੀ ਸੀ ਜਾਨੀ ਜੇ ਆ ਗਈ ਉੱਤੇ ਨਾਲੇ ਮੇਰੀ ਗੁੱਤਨੀ ਪੱਟੂ ਨਾਲੇ ਤੇਰੀ ਨਹੀਂ ਕਾ ਨੂੰ ਪੱਟਦੀ ਹੈ ਗੁੱਤਨੀ ਉਹ ਤਾਂ ਗਈ ਹੈ 10 ਬੁੜੀਆਂ ਨਾਲ ਇਕੱਠੀ ਹੋ ਕੇ ਨੀ 1:30 ਵਜ ਰਿਹਾ ਹੈ 1:30 ਵਜੇ ਤਾਂ ਬਾਬਾ ਪੋਗ ਬਾਦ ਹੁੰਦਾ ਮਰਗਦ ਦਾ ਨਹੀਂ ਕੁਛ ਨਹੀਂ ਹੁੰਦਾ ਉਹ ਤਾਂ ਫਿਰ ਫਿਰ ਤੈਨੂੰ ਪਤਾ ਹੈ ਫਫੇ ਕੁੱਟਣੀ ਦਾ ਸਾਰੇ ਘਰਾਂ ਦੇ ਫਿਰ ਕੇ ਆਉਗੀ ਨਹੀਂ ਘਰ ਤਾਂ ਵਧੀਆ ਬਣਾ ਲਿਆ ਹਨਾ ਤੁਸੀਂ ਨੇ ਇਹ ਆਹੋ ਵਧੀਆ ਬਣਾ ਲਿਆ ਕੀ ਪਤਾ ਕਿਹੜੇ ਕਿਹੜੇ ਲੋਕਾਂ ਨਾਲ ਠੱਗੀਆਂ ਮਾਰੀਆਂ ਨੇ ਇਹੋ ਜੀ ਕੁੱਤੀ ਦਾ ਹਮ ਮਾਂ ਪੁੱਤ ਕੰਮ ਤਾਂ ਇਹੋ ਜੀ ਕਰਦੇ ਨੇ ਤੈਨੂੰ ਦੱਸਾਂ ਕੱਲ ਜਾ ਕੇ ਇੰਨਾ ਜਲੂਸ ਕੱਢਿਆ ਘਰੇ ਆ ਕੇ ਹਾਂ ਸੱਚ ਕੁੜੀ ਮੈਂ ਤਾਂ ਪੁੱਛ ਨਹੀਂ ਭੁੱਲ ਗਈ ਇਹ ਬੰਦੇ ਨਹੀਂ ਮਾਰਿਆ ਗੁੱਤ ਨਹੀਂ ਪਟਾਤੀ ਮੇਰੀ ਰਾਤ ਬਥੇਰਾ ਘਟਵਾਇਆ ਜਦੋਂ ਦੀ ਕੁੜੀ ਨੂੰ ਫੋਨ ਕਰੀ ਬੈਠੀ ਹੈ ਨੀ ਕੁੜੀ ਗੇੜਾ ਉਹ ਤੇ ਡੀਐਸਪੀ ਦੀ ਕੁੜੀ ਹੈਗਾ ਹਾਂ ਇਹਨਾਂ ਦੀ ਹੈ ਕੁੜੀ ਹੈ ਕੀ ਕਰ ਦੂਗੀ ਅਨੇ ਤੱਕਲੇਸ ਤੋਂ ਹੀ ਡਰ ਲੱਗਦਾ ਮੈਨੂੰ ਤਾਂ ਰੋਟੀ ਖਾਣੀ ਦੁੱਬਰ ਹੋ ਜਾਂਦੀ ਆ ਚੱਲ ਕੋਈ ਨਾ ਨਹੀਂ ਮੈਂ ਤਾਂ ਦੁਕਾਨ ਤੇ ਜਾ ਕੇ ਆਉਂਦੀ ਸੀਗੀ ਪ੍ਰੀਤ ਕਹਿੰਦੀ ਮੜੇ ਦੁਕਾਨ ਤੇ ਜਾ ਕੇ ਆ ਤੇ ਤੂੰ ਲੱਗ ਰਹੀ ਸੀ ਬਾਹਰ ਸੰਭਰ ਨਾ ਮਾ ਚੱਲ ਜਾ ਛੰਦਾ ਹਾਲ ਚਾਲ ਪੁੱਛ ਲਈ ਹੋਰ ਭੈਣੇ ਉਹਨੂੰ ਕਿਹਾ ਸੀ ਮੈਂ ਕੱਪੜੇ ਕੱਢ ਦੇ ਨਹੀਂ ਇੱਕ ਮਿੰਟ ਮੈਂ ਦੇਖ ਆਵਾ ਨਹੀਂ ਨਹੀਂ ਆਉਂਦੀ ਭੈਣੇ ਨਹੀਂ ਭੈਣੇ ਡਰ ਲੱਗਦਾ ਪਿੰਡਾਂ ਦਾ ਛੱਪ ਹੈ ਕੋਈ ਨਾ ਐ ਕਿ ਦੱਸ ਉਹ ਕਰ ਦੂਗੀ ਕਦਰੇ ਉਹ ਲੱਗਿਆ ਦੀ ਸੀ ਨਾ ਫਿਰ ਮੁੰਡਾ ਵੀ ਮੰਗਰ ਲੱਗਿਆ ਮਾਂ ਦੇ ਨਹੀਂ ਭੈਣ ਉਹ ਤਾਂ ਹੈ ਹੀ ਨਿਕੰਮਾ ਇੱਕ ਥਾਂ ਦਾ ਉਹਤੀ ਪੁੱਤ ਤਾਂ ਉਹਨੇ ਮੰਗਰੀ ਲਾਰਖੇ ਨੇ ਆ ਮੁੱਠੇ ਚ ਕਰ ਰੱਖੇ ਨੇ ਹਾਂ ਮੁੰਡੇ ਨੂੰ ਤਾਂ ਸਮਝਣਾ ਚਾਹੀਦਾ ਵੀ ਜ਼ਿੰਦਗੀ ਤਾਂ ਤੇਰੇ ਨਾਲੇ ਕੱਟਣੀ ਆ ਉਹਨੇ ਮਰ ਜਾਣੇ ਨੇ ਜਿਹਦਾ ਐਡਾ ਦਿਮਾਗ ਹੋਵੇ ਫਿਰ ਘਰ ਹੀ ਨਾ ਬਸ ਜੇ ਹੂੰ ਇਹ ਵੀ ਹੈ ਪਹਿਲਾਂ ਆਪਦੇ ਘਰ ਵਾਲੇ ਨੂੰ ਕੁਝ ਕੋਲ ਕੇ ਪਿਆ ਤਾਂ ਠੀਕ ਹੈ ਉਹਦੀ ਜਾਨ ਲੈ ਲਈ ਉਹ ਖਾ ਗਈ ਹੂੰ ਚਲ ਚੰਗਰ ਮੈਦਾਨੀ ਆ ਕਾ ਨੂੰ ਭੈਣੇ ਆਜਾ ਚਾਹ ਪੀਣੇ ਨਹੀਂ ਚਾਹ ਦਾ ਟਾਈਮ ਕਿੱਥੇ ਜੀ ਉੱਤੇ ਆ ਗਈ ਫਿਰ ਨਹੀਂ ਕਾ ਨੂੰ ਆਉਂਦੀ ਆ ਤੂੰ ਆ ਜਾ ਬੁੜੀ ਜੀ ਚੁਗਲ ਖੋਰ ਨਹੀਂ ਕੁਛ ਨਹੀਂ ਹੁੰਦਾ ਨਹੀਂ ਆ ਜਾ ਨਹੀਂ ਤੂੰ ਮੇਰੀ ਗੱਲ ਸੁਣ ਚਾਹ ਚੂਤਾ ਨਹੀਂ ਮੈਂ ਪੀਂਦੀ ਦੋ ਮਿੰਟ ਤਰ ਨਾਲ ਬੈਠ ਕੇ ਗੱਲਾਂ ਮਾਰ ਲੈਣੀਆਂ ਨਹੀਂ ਚੱਲ ਗੱਲਾਂ ਮਾਰ ਹੇ ਚਾਹ ਤਾਂ ਤੇਰੀ ਸੱਸ ਹੁਣ ਪਿਆ ਦੂਗੀ ਜੇ ਉੱਤੇ ਆ ਗਈ ਨਹੀਂ ਪੁੱਛਣਾ ਪੈਣਾ ਮੇਰੇ ਤਾਂ ਰੋਟੀ ਪਾਣੀ ਇਹਨੇ ਹਰਾਮ ਕਰਖਿਆ ਬੈਠ ਲੈ ਨਹੀਂ ਇਹ ਸਬਜੀ ਸਬਜੀ ਲਾ ਰਖੀ ਐ ਨਹੀਂ ਆਹ ਲਾ ਰਖੀ ਐ ਕੋਈ ਤਾਂ ਕੋਈ ਪਾਉਂਦਾ ਨਹੀਂ ਹੈਗਾ ਵਧੀਆ ਗੋੜੇ ਧਣੀਆਂ ਧੁਣੀਆਂ ਜਾਹਾ ਹਨ ਨਹੀਂ ਸਵਾਦ ਹੋਊਗਾ ਇਹ ਤਾਂ ਲੋਕਾਂ ਨੂੰ ਦਿਖਾਵਾ ਹੀ ਆ ਕੁਛ ਨਹੀਂ ਲਾਇਆ ਹੋਇਆ ਦਿਖਾਵਾ ਵਾਸਤੇ ਤਾਂ ਕੀ ਅਬੂੜੀ ਜੀ ਥੋੜੀ ਦਿਖਾਵੇ ਤਾਂ ਬਹੁਤ ਕਰਦੀ ਹੈ ਮੈਨੂੰ ਪਤਾ ਹੈ ਪੂਰੀ ਮਮੋ ਠਗਣੀ ਹੈ ਨਹੀਂ ਮੇਰੀ ਗੱਲ ਸੁਣਨੀ ਆਹ ਨਿੰਬੂਆਂ ਦਾ ਪੇਡਾ ਜਿਹੜਾ ਲਾਰਖਿਆ ਨਾ ਤੈ ਤੂੰ ਐ ਕਰੀ ਨਿੰਬੂ ਨਚੋੜ ਨਚੋੜਨੇ ਨੂੰ ਚਾਹ ਚ ਪਾ ਕੇ ਪਿਆ ਕਰੀ ਹੋਰ ਹਾਂ ਮੇਰੇ ਹੱਥ ਦੀ ਤਾਂ ਕੋਈ ਚੀਜ਼ ਨਹੀਂ ਫੜਦੀ ਕਹਿੰਦੀ ਕੁਝ ਪਾ ਕੇ ਦੇ ਦੇਗੀ ਅੱਛਾ ਹਾਂ ਇਹ ਜੀ ਹੈ ਪਤਾ ਕੀ ਚੱਕਰ ਹੈ ਬੰਦਾ ਜਿਹੇ ਜਾਪ ਹੋਵੇ ਨਾ ਦਿਲ ਦਾ ਬੇਈਮਾਨ ਉਹਨਾਂ ਸਾਰੇ ਹੋਜੇ ਲੱਗਦੇ ਹੁੰਦੇ ਨੇ ਇਹ ਤਾਂ ਗੱਲ ਹੈ ਤੈਨੂੰ ਪਤਾ ਤਾਂ ਹੈਗੇ ਸਾਰੇ ਹੋਜੇ ਲੱਗਦੇ ਨੇ ਨੇ ਭਾਣੇ ਕੱਲ ਐਡਾ ਝੱਜੂ ਪਾਇਆ ਅੱਜ ਤੱਕ ਗੱਲ ਫੜੀ ਬੈਠੀਆ ਸਵੇਰੇ ਮੈਂ ਚਾਹ ਦੇਣ ਆਈ ਚਾਹ ਫੜ ਕੇ ਥੱਲੇ ਸੜਤੀ ਅੱਛਾ ਨਹੀਂ ਤੂੰ ਉਹੀ ਜੀ ਨੂੰ ਚਾਹ ਮੇਰੀ ਗੱਲ ਸੁਣਨੀ ਮੈਂ ਤਾਂ ਕਿੰਨੀ ਕੁ ਦੇ ਕੇ ਮਾਰਦੇ ਪਰਾਂ ਹੀ ਜੀ ਨੂੰ ਨਹੀਂ ਫਿਰ ਕਿੱਥੇ ਲੈ ਖਾ ਦਉਂਗੀ ਹਾਂ ਐ ਐ ਬੁਰਿਆਂ ਦਾ ਰੱਬ ਚੱਕਦਾ ਵੀ ਨਹੀਂ ਰੱਬ ਵੀ ਚੰਗਿਆਂ ਨੂੰ ਹੀ ਚੱਕਦਾ ਓਹੀ ਗੱਲ ਨੇ ਭਾਣੇ ਪੁੱਛਣਾ ਬਸ ਤਾਂ ਪਾਤੀ ਫਸਾਤੀ ਕੰਜਰ ਬਚੋਲੇ ਨੇ ਮੈਂ ਤਾਂ ਇਹਨਾਂ ਦੇ ਘਰੇ ਹਾਂ ਕਿੱਥੇ ਮੱਥੇ ਮਾਰੀ ਐ ਮੇਰੇ ਪਤਾ ਕੀ ਤੀ ਤੇਰੇ ਵਿੱਚ ਤਾਂ ਸੀ ਕੋਈ ਖਾਲੀ ਨਹੀਂ ਨੀ ਪਾਇਤਲੇ ਸਾਡੇ ਘਰੇ ਕੀ ਕਰਾਇਆ ਤੂੰ ਖਰਚਾ ਤੇ ਮੇਰਾ ਨੇ ਖਰਚਾ ਹਾਂ ਇਹ ਮਾਤਾ ਬਲਕੀ ਆ ਆਪਣੇ ਘਰੇ ਆਉਂਦਾ ਹਾਂ ਉਹੀ ਹੈ ਜਿੱਲੇ ਮਨੇ ਕੋਟਕਾ ਕਰ ਉਹ ਗਿਆਗਾ ਆਪਣੇ ਘਰੇ ਆਉਗਿ ਨਾਲੇ ਹੋਰ ਕਰਦੀ ਕੀ ਹੈਗੀ ਮੈਂ ਪਿੱਛਾ ਤਕਾ ਲਿਆ ਤਾਂ ਕਿ ਉਹ ਤਾਂ ਨਿਕਲ ਗਈ ਉਹਨਾਂ ਤਾਂ ਪੋਕ ਕੱਲ ਪੈ ਗਿਆ ਤੀ ਮੈਂ ਤਾਂ ਇਹੀ ਚੋਰੀ ਫਾਣੀ ਤੀ ਥੋੜੀ ਮਾਰੂ ਤੇਰੇ ਸਾਰੇ ਬਾਹ ਹਾਂ ਕਿ ਮਾਰਾਂਗੇ ਤੂੰ ਮਾਰੂਗੀ ਨਾਲੇ ਹੋਰ ਤਾਂ ਪਾ ਰੱਖਿਆ ਨੇ ਤਾਂ ਪਾ ਲੈ ਨਾਲੇ ਹੋਰ ਉਸਾ ਦੀ ਕਿੰਨੀ ਮੇਰ ਕਰਦੀ ਏ ਲੈ ਦੇਖ ਲੈ ਨਗਾਤੀ ਨਾ ਮੈਂ ਜਦ ਦੀ ਬਿੜੀ ਲਾਉਣੀ ਸੀ ਮੈਂ ਵੀ ਉਹਨੂੰ ਅੱਜ ਫੜਨਾ ਸੀ ਨਗਾਤਾ ਸ਼ਿਕਾਰਤਾ ਅੱਜ ਦੇਖੀ ਜਾਊਗੀ ਬੜੀ ਅੜੀ ਤੀ ਦੇਖ ਲੈ ਮੇਰਾ ਪਿੱਛਾ ਧਕਾਉਂਦੀਆਂ ਨੇ ਮੈਂ ਵੀ ਝੂਠੀ ਬੋਲੀ ਆ ਤੀ ਭੋਗਤਾਂ ਦੇ ਬੋੜ ਦੇ ਕੱਲ ਪੈ ਗਿਆ ਮੈਂ ਤਾਂ ਕਮਾ ਦੇਖਾਂ ਉਹ ਮਗਰਾ ਆਉਂਦੀ ਏ ਜਾਂ ਨਹੀਂ ਆਉਂਦੀ ਹਾਏ ਹਾਏ ਵਧੀਆ ਰਹੀ ਤੀ ਅੱਜ ਤਾਂ ਨੀ ਇਹਨੇ ਬਾਈਤਲ ਨਹੀਂ ਉਹਦੇ ਇੱਕ ਛੋਟੀ ਨਹੀਂ ਵੱਜਣ ਦਿੱਤੀ ਨਾ ਇੱਕ ਵੀ ਮੇਰਾ ਕਾਲਜਾ ਤਾਂ ਠੰਡਾ ਹੋ ਜਾਂਦਾ ਜੇ ਇੱਕ ਦੋ ਛੋਟੀਆਂ ਵੱਜਦੀਆਂ ਉਹਦੇ ਮੇਰੇ ਰੜਕ ਪੈਂਦੀ ਐ ਜਿਵੇਂ ਦੋਨੇ ਭਣਾ ਨੇ ਕੱਲ ਮੈਨੂੰ ਲਾ ਕੇ ਕੁੱਟਿਆਗਾ ਉਹਨਾਂ ਨੇ ਕੰਜਰੀਆਂ ਨੇ ਦੇਖੀ ਸਹੀ ਦਿਨੀਆਂ ਨੂੰ ਤਲੇ ਸੜੀ ਐਂ ਫਾਡੋਂ ਕਿਤੇ ਮੈਂ ਬੀਚ ਕੇ ਨੂੰ ਇਹਨੂੰ ਮੈਂ ਦੇਖੀ ਜਾਂਦੀ ਐ ਉਹ ਕਲੀਸਾ ਤਕੜੀ ਪੈ ਰੇ ਇਹਨਾਂ ਦੇ ਘਰੇ ਹਾਈ ਪਾੜ ਤਾਦੀ ਮੇਰਾ ਤਾਂ ਸਿਰ ਨਾ ਸੱਚ ਜਿਹੜੇ ਸਾਬ ਨਾਲ ਸੋਟੀ ਮਾਰੀ ਤੀ ਕਲਤ ਜਰੂਰ ਟੁੱਟਦੀ ਮੇਰੀ ਉਹ ਦੂਜੀ ਲੱਤ ਮੇਰੇ ਘਰ ਵਾਲਾ ਤੋੜ ਦਿੰਦਾ ਮੈਨੂੰ ਕਹਿੰਦਾ ਤੂੰ ਕਿ ਉਹਨਾਂ ਤੇ ਗੂੰ ਖਾਣ ਗਈ ਸੀ ਉਹ ਮੈਂ ਤਾਂ ਕਰਨੀ ਕੀ ਮੰਗਦੀ ਆ ਦੁਕਾਨ ਤੋਂ ਕਿਤੇ ਦੁਬਾਰੇ ਨਾ ਜੇ ਵਾਪਸੇ ਮੁੜ ਲੈ ਨਾਲੇ ਪ੍ਰੀਤ ਨੂੰ ਜਾ ਕੇ ਖੁਸ਼ ਓਹੋ ਖੁਸ਼ਖਬਰੀ ਤਾਂ ਕਾਣੂ ਆ ਵਿਚਾਰੀ ਰਹਿਦਾ ਵੀ ਸਿਰ ਘੁੱਟੂ ਗਈ ਹੁੰਦਾ ਪ੍ਰੀਤ ਨੂੰ ਜਾ ਕੇ ਖ਼ਬਰ ਦੇ ਦਾਂ ਹਾ ਗਈ ਕੁੜੇ ਹਾਈ ਨੇ ਕੀ ਹੋ ਗਿਆ ਗੁੜਗੜ ਕਿੱਥੇ ਐ ਕਿਵੇਂ ਸਾਂਝੜਾ ਰਖੇ ਨਹੀਂ ਹਾਈ ਨਹੀਂ ਕਿਹੜਾ ਗੁੜਾ 2 ਮਿੰਟ ਲੇਟ ਹੋ ਜਾਂਦੀ ਨਾ ਜੀ ਤਾਈ ਨੇ ਮੇਰੀ ਖਿਚੜੀ ਬਣਾ ਦੇਣੀ ਸੀ ਅੱਜ ਤਾਈ ਨੇ ਖਿਚੜੀ ਬਣਾ ਦੇਣੀ ਸੀ ਕੀ ਬੋਲ ਜਾ ਮਰੀ ਨਹੀਂ ਏ ਨਹੀਂ ਮੈਂ ਤਾਂ ਤਾਈ ਕੇ ਵਾਗੀ ਅੱਜ ਨਹੀਂ ਤਾਈ ਕੇ ਕੀ ਕਰਨ ਗਈ ਸੀ ਤੂੰ ਨਹੀਂ ਜਾਣ ਕੇ ਕਾਨੂੰ ਗਈਆਂ ਜਸ਼ਨ ਬਾਰ ਸੰਭਰੀ ਆਂਦੀ ਸੀ ਮੈਨੂੰ ਕਹਿੰਦੀ ਅੰਦਰ ਆ ਜਾ ਮੇਰੀ ਸੱਸ ਤਾਂ ਬੋਗਦੇ ਗਈ ਹੈ ਹੇ ਹੇ ਮੈਂ ਤਾਂ 2 ਮਿੰਟ ਮੰंजे ਤੇ ਜਾ ਕੇ ਬੈਠੀ ਹਲੇ ਉਹਦੀ ਚੁਗਲੀ ਸ਼ੁਰੂ ਹੀ ਕਰੀਆਂ ਤੀ ਨਹੀਂ ਆ ਗਈ ਪਿੱਛੋਂ ਡਾਂਗ ਚੱਕ ਕੇ ਉਹ ਤਾਂ ਮੈਂ ਤਾਂ ਆਪਾ ਬਚਾ ਕੇ ਮਸਾਂ ਭੱਜੀਆਂ ਭੈਣੇ ਤੂੰ ਅੱਡ ਨਹੀਂ ਟਾਲਦੀ ਹੋ ਜਾਂਦੀ ਨਾ ਇੱਕ ਲੱਤ ਤੋੜ ਦਿੰਦੀ ਮੇਰੀ ਤੇਰੇ ਦੱਸ ਗੱਡਾ ਖੜਿਆ ਤੈਨੋਂ ਦੀ ਸੜੀ ਹੋਈ ਕ ਲੈਣੀ ਦੇ ਘਰੇ ਜਾ ਕੇ ਬੈ ਗਈ ਨਹੀਂ ਮੈਂ ਉਹਨਾਂ ਦੇ ਘਰੇ ਰੋਜ਼ ਹੀ ਜਾਂਦੀ ਆ ਨਹੀਂ ਮੈਨੂੰ ਤੈਹੀ ਤੀ ਮਹਾਚਲ ਕਾਲੋ ਜੀ ਹੈ ਨਹੀਂ ਆਪਦਾ ਘਰੇ ਮੈਂ ਖਾ ਚੱਲ ਮਾਣਾ ਮੋਟਾ ਦਾ ਘਰ-ਬਾਰ ਵੀ ਦੇਖਾਂਗੀ ਓਹੋ ਸੌ ਲੱਗੇ ਪੈਣੇ ਹੁਣ ਮੈਨੂੰ ਲੱਗਦਾ ਜਸ਼ਨ ਦੀ ਰੇਲ ਬਣਾ ਰੱਖੀ ਹੋਣੀ ਨਾ ਤੂੰ ਉਹਦੇ ਤੋਂ ਮਾੜੀਆਂ ਫੜ ਕੇ ਗੁੱਤਨੀ ਸੁੱਟ ਲੈਂਦੀ ਉੱਥੀ ਕਿੱਥੇ ਸੁੱਟ ਲੈਂਦੀ ਉਹ ਤਾਂ ਪੈਪਜਾ ਚੱਕੀ ਆਵੇ ਰੋਹੇ ਦਾ ਮਾਰਨ ਨੂੰ ਬਗਾ ਕੇ ਮਾਰਿਆ ਮੈਂ ਤਾਂ ਪੂਰੀ ਖੰਡ ਲੈ ਕੇ ਆਈ ਜਣਾ ਹਏ ਹੇ ਬਗਿਆ ਹੋਰ ਕਰੇ ਸੁਸਨਾ ਭੈਣੇ ਆਹੋ ਦੁਕਾਨ ਗਈ ਠੱਠੇ ਖੂਚ ਬਣਾਤੀ ਸੀ ਮੇਰੇ ਤਾਂ ਖਿਚੜੀ ਨਾ ਮੈਂ ਤੇਰੀ ਗੱਲ ਸੁਣੋ ਉਹਨੂੰ ਨਸਤੇ ਤੇਰੇ ਬਾਈ ਨੂੰ ਬਾਈ ਨੂੰ ਆਪੇ ਲੱਗ ਜੂ ਪਤਾ ਗਵੰਡੀਆਂ ਤਾਂ ਕੋਈ ਨਾ ਬਾਈ ਨੂੰ ਕੀ ਲੋੜੇ ਦੱਸਣ ਦੀ ਨਿੱਕ ਬੁੜਾ ਲੰਗਿਆ ਜਾਂਦਾ ਸੀ ਉਹਨਾਂ ਚੁਗਲੀ ਲਾ ਦੇ ਕਿਤੇ ਉਹ ਤਾਂ ਲਾਊਗਾ ਹੀ ਤੈਨੂੰ ਪਤਾ ਤਾਂ ਹੈਗੇ ਸਿਰੇ ਦੇ ਚੁਗਲਖੋਰ ਨੇਗੇ ਤੂੰ ਆ ਗਈ ਵੱਡੀ ਲਹਿਜਣ ਬਾਗੀ ਜੇ ਤੈਨੂੰ ਪਤਾ ਤਾਂ ਹੈਗੇ ਮੇਰੀ ਗੱਲ ਸੁਣ ਮੈਂ ਤਾਂ ਵੱਡਾ ਗੇਡਾ ਕੀਆ ਤੇ ਮੇਰੇ ਮੰਗਰੇ ਭਜ ਲਈਦੀ ਬੜ ਜੁਰਿਆ ਕਿਤੇ ਦਿਖਾਵੇ ਆਪਣੇ ਤੋਂ ਵੀ ਡਰਦੀ ਧਰਦੀ ਪੈ ਰਹੀ ਨਹੀਂ ਕਹਿਣ ਲੱਗ ਰਹੀ ਸੀ ਕਹਿੰਦੀ ਬਦਲਾ ਲੂੰਗੀ ਮੈਂ ਕਹਿੰਦੀ ਕੁੜੀ ਨੂੰ ਫੋਨ ਕਰਿਆ ਨਹੀਂ ਕਿਤੇ ਆਪਣੀ ਕੁੜੀ ਨੂੰ ਨਾ ਲੈ ਕੇ ਆ ਜੀ ਨਹੀਂ ਇਹਦੀ ਕੁੜੀ ਤੇ ਇੱਥੋਂ ਵੀ ਚੜਦਾ ਚੰਦਾ ਹੈ ਨਹੀਂ ਕੀ ਹੋ ਗਿਆ ਤੈਨੂੰ ਕਿਉਂ ਡਰੀ ਹੈ ਨਹੀਂ ਹੈ ਜਦੋਂ ਦੀ ਤਾਈ ਕਿਉਂ ਕਰੂ ਆਈਆਂ ਲੱਗਦਾ ਵੀ ਪਤਾ ਨਹੀਂ ਤਾਈ ਨੇ ਕੀ ਕਰਤਾ ਤੈਨੂੰ ਆ ਜਾ ਫਿਰ ਕੁੜੀ ਕੁੜੀ ਤੋਂ ਡਰਦੇ ਆਪਾਂ ਜੇ ਆਉਂਦੀ ਆ ਤਾਂ ਆ ਜਾਣ ਦੇ ਫਿਰ ਐਡੀ ਵੀ ਗੱਲ ਨਹੀਂ ਦੇਖ ਲਾਂਗੇ ਉਹਨੂੰ ਵੀ ਹੁਣ ਤੇਰੇ ਚ ਬੜੀ ਉਹ ਆ ਗਈ ਪਾਵਰ ਹੁਣ 2 ਮਿੰਟ ਪਹਿਲਾਂ ਤਾਂ ਮੁੱਕ ਮਰੀ ਜਾਂਦੀ ਸੀ ਜੇ ਮੇਰੀ ਥਾਂ ਤੇ ਤੂੰ ਹੁੰਦੀ ਨਾ ਮੇਰੇ ਗਿੱਟੇ ਜਾ ਕੇ ਵੱਜਣੀ ਸੀ ਪੈ ਪਾ ਮੈਂ ਤਾਂ ਭੱਜ ਵੀ ਲਈ ਤਾ ਥੋ ਭੱਜਾ ਵੀ ਨਹੀਂ ਸੀ ਜਾਣਾ ਜੇ ਤੇਰੀ ਥਾਂ ਤੇ ਮੈਂ ਹੁੰਦੀ ਤਾਂ ਤਾਈ ਦੇ ਦੋ ਲਾਕੀਆਂ ਹੋਣੀਆਂ ਸੀ ਭੱਜ ਗਈ ਨਹੀਂ ਸੀ ਹੁਣਾ ਲਾਉਣੀਆਂ ਮੈਨੂੰ ਵੀ ਹੁੰਦੀਆਂ ਨੇ ਕੱਲ ਘੜਾ ਮੈਂ ਲਾਈ ਨਹੀਂ ਕਿਸਨ ਨੀ ਜੇ ਸਾਰਾ ਬੇੜਾ ਇਕੱਠਾ ਹੋ ਜਾਂਦਾ ਕਸੂਰ ਮੇਰਾ ਘੜਦਾ ਅਗਲਾ ਕਹਿੰਦਾ ਤੂੰ ਕੀ ਗੂੰ ਖਣ ਗਈ ਸੀ ਨਹੀਂ ਮੈਂ ਕਿਹੜਾ ਜਾਣ ਕੇ ਗਈਆਂ ਨਾਲੇ ਮੈਨੂੰ ਤਾਂ ਜਸ਼ਨ ਲੈ ਗਈ ਠੱਕੇ ਨਾਲ ਕਹਿੰਦੀ ਚਾਹ ਪੀ ਜਾ ਚਾਹ ਪੀ ਜਾ ਉਹ ਤਾਂ ਸ਼ੁਕਰ ਹੈ ਮੈਂ ਕਿਤੇ ਚਾਹ ਨਹੀਂ ਪੀ ਕੇ ਆਈ ਜੇ ਮੈਂ ਚਾਹ ਪੀ ਲੈਂਦੀ ਉਹ ਬੁੜੀ ਜੀ ਐ ਨਹੀਂ ਪਤਾ ਓਨੀ ਕ ਅਖੰਡ ਤੇ ਚਾਹ ਪੱਤੀਆ ਆਪਣੇ ਘਰੇ ਲੈ ਕੇ ਜਾਂ ਕਿਉਂ ਨਾ ਜਾਂਦੀ ਨਹੀਂ ਅਗਲਾ ਕਿ ਮੈਂ ਤੇਰਾ ਕਸੂਰ ਕੱਢ ਦਿੰਦਾ ਆਪ ਵੀ ਤਾਂ ਆਪਣੇ ਘਰੇ ਰੋ ਜਾ ਕੇ ਬੈਠੀ ਰਹਿੰਦੀ ਆ ਜੇ ਤੂੰ ਬਾਗੇ ਕਿੱਢ ਕੇ ਗੱਲ ਹੋ ਗਈ ਨਹੀਂ ਲੋਕ ਕਹਿਣਗੇ ਉਹ ਤਾਂ ਉਹਦੀ ਨੂਹ ਆਉਂਦੀ ਐ ਹੁਣ ਆਪਾਂ ਤਾਈ ਨਾਲ ਜਦੋਂ ਮਰਨ ਜੰਮਣ ਦਾ ਤਿਆਗ ਹੀ ਰੱਖਿਆ ਕਿਉਂ ਜਾਏਗੀ ਆਪ ਉਹਨਾਂ ਦੇ ਘਰੇ ਆਪ ਵੀ ਤਾਂ ਹੁੰਦੀ ਐ ਆਪਦੀ ਨੂੰ ਦੇ ਪਿੱਛੇ ਵੱਜਦੀ ਐ ਕੱਲ ਛੇਤਰ ਦਾ ਖਾ ਕੇ ਗਈ ਐ ਨਹੀਂ ਉਹਦਾ ਕੀ ਐ ਹੁਣ ਉਹ ਤਾਂ ਡੈਨ ਐ ਚੰਗਾ ਫਿਰ ਬਾਈ ਨੂੰ ਨਾ ਦੱਸੀ ਲਪਰੇ ਤਾਈ ਤਾਈ ਨਹੀਂ ਤਾਇਆ ਤੂੰ ਤੁਸੀਂ ਹਾਂ ਨਾ ਪਾਲੀ ਤਾਂ ਠਾਲਿਆ ਕਰੋ ਮੇਰ ਤਾਂ ਪਹਿਲੀ ਜਾਨ ਗੱਡੀ ਮਤਲਬ ਕਿ ਪਹਿਲੀ ਸਿਰ ਦੁਖੀ ਜਾਂਦਾ ਮੇਰਾ ਤਾਂ ਵਾਲਾ ਕਾਲੋ ਜੀ ਨਾਲ ਕੀ ਪੰਗੇ ਲੈ ਕੇ ਆਈ ਅੱਜ ਤੋਂ ਕਾਲੋ ਹਾਂ ਕਾਲੋ ਕਿਹੜੀ ਕਾਲੋ ਮੈਂ ਤਾਂ ਕਿਸੇ ਕਾਲ ਨੂੰ ਜਾਣਦੀ ਹੈਗੀ ਨਾ ਤੂੰ ਕੰਨ ਨੂੰ ਜਾਣਦੀ ਹੁਣ ਖਾ ਕੇ ਛੱਤਰ ਏਡੀ ਛੇਤੀ ਭੁੱਲ ਵੀ ਗਈ ਕਿਹੜੀ ਕਾਲੋ ਕੀ ਪਹਿਲੀ ਹੈ ਜੀ ਭਾਈ ਇਹਨੂੰ ਕਾਲੋ ਕਾਲੋ ਕੁ ਸਮਝੀ ਜਾਣੀ ਰਹੀ ਹੈਗੀ ਮੈਨੂੰ ਸਮਝਾਉਣਾ ਤੈਨੂੰ ਮੈਂ ਆ ਮੈਨੂੰ ਅਗਲੇ ਦੇ ਮੁੰਡੇ ਨਾ ਲਾਂਭਾ ਦਿੱਤਾ ਕਹਿੰਦਾ ਭਾਈ ਆਪਦੀਆਂ ਨੂੰ ਹਟਾ ਲਓ ਸਾਡੇ ਘਰੇ ਕਲੇਸ਼ ਪਾਉਂਦੀਆਂ ਨੇ ਰੋਜ਼ ਆ ਕੇ ਅੱਛਾ ਆਪਣੀ ਤਾਈ ਨੇ ਦੇ ਬੰਦੇ ਨੇ ਆਪਣੀ ਤਾਈ ਦੇ ਨੇ ਹਾਂ ਮਤਲਬ ਬਗਾਨੀ ਹੈ ਹੁਣ ਤਾਂ ਉਹ ਕੀ ਲਾਂਭਾ ਦਿੱਤਾ ਪੱਗੇ ਦਾ ਆਪ ਲੈਂਦੀ ਫਿਰਦੀ ਆ ਉਹ ਤੁਸੀਂ ਕੀ ਕਰ ਦਿੰਦੇ ਹੁੰਦੇ ਹੋ ਬਚ ਗਈ ਮੇਰੇ ਤੋਂ ਅੱਜ ਹਾਂ ਤੁਸੀਂ ਕਰਨ ਕੀ ਜਾਨੀ ਹੋ ਅਗਲੇ ਦੇ ਮੈਂ ਕੀ ਕਰਨ ਗਈ ਸੀ ਮੈਂ ਤਾਂ ਦੁਕਾਨ ਤੇ ਜਾਂਦੀ ਸੀ ਚਾਚੇ ਦੀ ਤੇ ਬਾਹਰ ਚ ਖੜੀ ਜਿਹਾ ਸੰਫਬਰੀ ਜਾਵੇ ਮੈਨੂੰ ਧੱਕੇ ਨਾਲ ਲੈ ਗਈ ਕਿੜੀ ਇਸਕੇ ਹੁਣ ਮੈਂ ਜਾਣ ਕਿ ਗਈਆਂ ਨਹੀਂ ਉੱਥੇ ਜਾ ਕੇ ਫਿਰ ਉਹ ਤੋਂ ਗੋਤਨੀ ਪਟਾਉਣੀਆ ਚੰਗੀ ਰਹਿਨੀਆ ਫਿਰ ਕਿਹੜੀ ਗੋਤਨੀ ਪਟਾਈਏ ਮੈਂ ਉਹ ਤਾਂ ਨੇ ਬਗਾ ਕੇ ਮਾਰੀ ਪੈ ਮੈਂ ਭੱਜ ਕੇ ਟੱਪਈ ਮੇਰੀ ਗੱਲ ਸੁਣ ਲੈ ਜੇ ਅੱਗੇ ਤੋਂ ਉਹਨਾਂ ਦੇ ਵੱਡਗੀਆਂ ਨਾ ਉਹਨੇ ਨਹੀਂ ਪੱਟੀ ਮੈਂ ਪਟੂ ਗੋਤਨੀ ਫਿਰ ਚੰਗਾ ਚੰਗਾ ਓਹ ਹੋ ਇਹਨੂੰ ਕਿਨੇ ਉਂਗਲ ਲਾਤੀ ਹੁਣ ਤੋ ਇਹਦਾ ਮੁੰਡਾ ਵੀ ਨਾ ਮਾਂ ਵਰਗਾ ਕਾਲਾ ਹੀ ਐ ਲਾਤੀ ਚੁਗਲੀ ਦੇਖ ਕੋਈ ਨਾ ਪੁੱਤਰਾ ਤੂੰ ਵੀ ਕਦੇ ਆਏਗਾ ਹਥੇੜ ਤਾਂ ਤੇਰੇ ਵੀ ਹੱਥ ਤਵਾ ਕੀ ਹਟਾਂਗੇ ਅਸੀਂ